ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ ਲੈਣ ਵਾਸਤੇ, ਪਿਆਰ ਨੂੰ ਪ੍ਰਾਪਤ ਕਰਨ ਲਈ, ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਸਭ ਤੋਂ ਉੱਤਮ ਢੰਗ ਕੀ ਹੋ ਸਕਦਾ? ਸਭ ਤੋਂ ਉੱਤਮ ਢੰਗ ਹੈ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦਾ, ਗੁਰੂ ਦੀ ਗੱਲ ਨੂੰ ਮੰਨਣਾ, ਸੁਣਨਾ ਅਤੇ ਉਹਨੂੰ ਕਮਾਉਣਾ। ਜੋ ਪ੍ਰਾਣੀ ਮਨੁੱਖ ਗੁਰੂ ਜੀ ਦੀ ਬਾਣੀ ਨੂੰ ਸੁਣੇਗਾ, ਮੰਨੇਗਾ ਅਤੇ ਕਮਾਏਗਾ, ਉਸਨੂੰ ਸਭ ਵੱਡੀ ਤੋਂ ਵੱਡੀ ਖੁਸ਼ੀ ਵੀ ਪ੍ਰਾਪਤ ਹੋ ਜਾਏਗੀ। ਉਹ ਕਿਤੇ ਵੀ ਵੱਸਦਾ ਹੋਵੇ, ਅਗਰ ਕੋਈ ਮਨੁੱਖ ਆਪਣੇ ਘਰ ਵਿੱਚ ਬੈਠ ਵੀ ਸੁਣ ਰਿਹਾ, ਮੰਨ ਰਿਹਾ ਅਤੇ ਵਿਚਾਰ ਰਿਹਾ, ਤਾਂ ਉਹਨੂੰ ਵੀ ਗੁਰੂ ਨਾਨਕ ਦੇਵ ਜੀ ਦੀਆਂ ਰਹਿਮਤਾਂ ਪ੍ਰਾਪਤ ਹੋ ਜਾਣਗੀਆਂ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਬਾਣੀ ਜੋ ਨਿਤਨੇਮ ਦਾ ਹਿੱਸਾ ਹੈ, ਜਪਜੀ ਸਾਹਿਬ ਆਰੰਭ ਹੁੰਦਾ ਹੈ ਮੂਲ ਮੰਤਰ ਤੋਂ। ਆਪਣੇ ਬੱਚਿਆਂ ਨੂੰ ਵੀ ਇਹ ਪਾਠ ਕੰਠ ਹੈ। ਮੂਲ ਮੰਤਰ ਦਾ ਅਰਥ ਹੈ ਮੁੱਢ, ਜਿੱਥੋਂ ਸ਼ੁਰੂਆਤ ਹੁੰਦੀ ਹੈ, ਜਿੱਥੋਂ ਆਰੰਭਤਾ ਹੁੰਦੀ ਹੈ। ਹਾਲਾਂਕਿ ਇਸ ਨਾਲ ਸਿਰਲੇਖ ਮੂਲ ਮੰਤਰ ਨਹੀਂ ਹੈ, ਪਰ ਗੁਰਮੁਖਾਂ ਜਨਾਨੇ ਬੜੀ ਗਹਿਰ ਲੰਬੀ ਸੋਚ ਵਿਚਾਰ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਅਤੇ ਇਸ ਨਾਲ ਮੂਲ ਮੰਤਰ ਸ਼ਬਦ ਜੋੜਿਆ। ਮੰਤਰ ਦਾ ਭਾਵ ਹੁੰਦਾ ਉਹ ਸ਼ਬਦ, ਉਹ ਅੱਖਰ ਜੋ ਦੁਹਰਾਏ ਜਾ ਸਕਦੇ ਹਨ। ਮੰਤਰ ਦੁਹਰਾਉਣ ਵਾਲੇ ਸ਼ਬਦਾਂ ਨੂੰ ਕਿਹਾ ਜਾਂਦਾ। ਹਾਲਾਂਕਿ ਬਾਣੀ ਵਿੱਚ ਜੰਤਰ ਮੰਤਰ ਤੰਤਰ ਦੀ ਗੱਲ ਨਹੀਂ ਕੀਤੀ ਗਈ। ਜੋ ਦੁਨੀਆਂ ਦੇ ਵਿੱਚ ਚੱਲਦੇ ਨੇ ਨਾ, ਉਹਨਾਂ ਨੂੰ ਮਹਾਰਾਜ ਨੇ ਕੇਵਲ ਅਤੇ ਕੇਵਲ ਕਰਮਕਾਂਡ ਕਿਹਾ। ਉਹ ਕੋਈ ਮੰਤਰ ਜੰਤਰ ਨਹੀਂ ਹੁੰਦੇ, ਉਹ ਕਿਤੇ ਕੰਮ ਨਹੀਂ ਕਰਦੇ, ਉਹ ਜੰਤਰ ਮੰਤਰ ਕਿਸੇ ਕੰਮ ਦੇ ਨਹੀਂ ਹਨ। ਜੇ ਮੰਤਰ ਗੁਰਬਾਣੀ ਵਿੱਚ ਪੜ੍ਹਦੇ ਹਾਂ, ਉਹਨੂੰ ਸਮਝਾਂਗੇ, ਵਿਚਾਰਾਂਗੇ, ਤਾਂ ਸਾਨੂੰ ਇਹ ਪਤਾ ਲੱਗੇਗਾ ਅਸੀਂ ਕਿਸ ਸਿਧਾਂਤ ਉੱਤੇ ਚੱਲਣਾ। ਇਹ ਨਹੀਂ ਕਰਨਾ ਕਿ ਇਹ ਮੰਤਰ ਸਾਨੂੰ ਕਿਸੇ ਨੇ ਦਿੱਤਾ ਅਤੇ ਅਸੀਂ ਇਸ ਨੂੰ ਰੱਟਣਾ। ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ ਤਾਂ ਸੱਚ ਮੰਤਰ ਬਾਰੇ ਸਾਡੇ ਸਾਹਮਣੇ ਆਏਗਾ, ਸਾਨੂੰ ਪਤਾ ਲੱਗੇਗਾ। ਇਸ ਨਾਲ ਹੋਵੇਗਾ ਕਿ ਜਿਸ ਮਨੁੱਖ ਉੱਤੇ ਵਾਹਿਗੁਰੂ ਦੀ ਦ੍ਰਿਸ਼ਟੀ ਪੈ ਜਾਵੇ, ਉਹਦਾ ਮਨ ਠੰਡਾ ਠਾਰ ਭਾਵ ਅੰਦਰੋਂ ਸ਼ਾਂਤ ਹੋ ਜਾਂਦਾ। ਉਹ ਹਿਰਦਾ ਉਹਦਾ ਟਿੱਕ ਵਾਲਾ ਹੋ ਜਾਂਦਾ, ਟਿਕਾ ਆ ਜਾਂਦਾ ਉਹਦੇ ਹਿਰਦੇ ਵਿੱਚ। ਮੰਤਰ ਉਹ ਜੇ ਅੰਦਰ ਨੂੰ ਠੰਡ ਦੇ ਦੇਵੇ, ਟਿਕਾ ਦੇ ਦੇਵੇ, ਉਸਨੂੰ ਮੂਲ ਮੰਤਰ ਕਿਹਾ ਜਾਂਦਾ। ਆਰੰਭਤਾ ਕਿੱਥੋਂ ਹੁੰਦੀ ਹੈ? ਇੱਕ, ਗੁਰੂ ਨਾਨਕ ਦੇਵ ਜੀ ਗੱਲ ਇੱਕ ਤੋਂ ਕਰਦੇ ਪਏ ਨੇ। ਆਪਾਂ ਜਦੋਂ ਪੜ੍ਹਦੇ ਹਾਂ ਇੱਕ ਓਂਕਾਰ, ਇਕੱਠਾ ਪੜ੍ਹਦੇ ਹਾਂ। ਓਂਕਾਰ ਬਹੁਤ ਪੁਰਾਤਨ ਸ਼ਬਦ ਹੈ। ਸਨਾਤਨ ਮਤ ਵਿੱਚ ਇਸ ਬਾਰੇ ਗੱਲ ਕੀਤੀ ਗਈ ਹੈ, ਪਰ ਉਹ ਗੱਲ ਵੱਖਰੀ ਕਿਸੇ ਵੱਖਰੇ ਆਕਾਰ ਬਾਰੇ ਦੱਸਿਆ ਗਿਆ। ਜੋ ਗੁਰਬਾਣੀ ਹੈ ਨਾ, ਅਸਲ ਵਿੱਚ ਇੱਕ ਓਂਕਾਰ ਦੀ ਵਿਆਖਿਆ ਕੀਤੀ ਗਈ ਹੈ। ਸਮੁੱਚੀ ਗੁਰਬਾਣੀ ਇੱਕ ਓਂਕਾਰ ਨੂੰ ਖੋਲ੍ਹਦੀ ਹੈ। ਇਸ ਲਈ ਸਾਨੂੰ ਇੱਕ ਓਂਕਾਰ ਜਿੰਨਾ ਸਮਝ ਆ ਜਾਵੇ, ਉਨਾ ਸਾਨੂੰ ਗੁਰਬਾਣੀ ਆਸਾਨੀ ਨਾਲ ਸਮਝ ਆ ਜਾਵੇਗੀ, ਕਿਉਂਕਿ ਸਾਡਾ ਮੂਲ ਹੈ, ਸਾਡਾ ਮੁੱਢ ਹੈ, ਸਾਡਾ ਬੀਜ ਹੈ। ਇੱਥੋਂ ਹੀ ਬਾਕੀ ਸਾਰੀ ਸ਼ੁਰੂਆਤ ਹੁੰਦੀ ਹੈ। ਮਹਾਰਾਜ ਨੇ ਆਰੰਭ ਵਿੱਚ ਸ਼ਬਦ ਵਰਤਿਆ ਇੱਕ ਓਂਕਾਰ। ਇੱਕ ਓਂਕਾਰ ਹੈ ਕਿ ਅਕਾਲ ਪੁਰਖ ਪਰਮੇਸ਼ਰ ਦੇ ਆਉਣ ਤੋਂ ਪਹਿਲਾਂ ਇਸ ਦੇ ਸਨਾਤਨ ਧਰਮ ਨੇ ਤਿੰਨ ਰੂਪ ਬਣਾ ਦਿੱਤੇ ਸਨ, ਆ ਓ ਮ ਓਮ। ਕਹਿੰਦੇ ਹਨ ਤਿੰਨ ਸ਼ਕਤੀਆਂ ਹਨ ਜੋ ਸੰਸਾਰ ਨੂੰ ਚਲਾਉਂਦੀਆਂ ਹਨ। ਉਸ ਵਿੱਚ ਆਪਾਂ ਸਭ ਨੇ ਇਹ ਨਾਮ ਸੁਣੇ ਹਨ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਬ੍ਰਹਮਾ ਜੀ ਦਾ ਕੀ ਕਰਮ ਹੈ? ਸੰਸਾਰ ਦੀ ਉਤਪਤੀ ਕਰਨਾ, ਵਿਸ਼ਨੂੰ ਦੀ ਪਾਲਣਾ ਕਰਨਾ, ਤਾਂ ਮਹੇਸ਼ ਦਾ ਅਰਥ ਹੈ ਸ਼ਿਵ, ਜੋ ਸਮਾਂ ਆਉਣ 'ਤੇ ਕਾਲ ਬਣ ਜਾਂਦਾ ਜੀਵਾਂ ਲਈ। ਮਹਾਰਾਜ ਕਹਿੰਦੇ ਮਨੁੱਖਾ ਇਹ ਤੇਰਾ ਭੁਲੇਖਾ ਹੈ, ਅਸਲ ਵਿੱਚ ਇੱਕ ਪਰਮੇਸ਼ਰ ਦੀ ਸ਼ਕਤੀ ਹੈ ਜੋ ਤਿੰਨਾਂ ਰੂਪਾਂ ਵਿੱਚ ਵਰਤ ਰਹੀ ਹੈ। ਉਹ ਇੱਕ ਹੀ ਹੈ, ਇੱਕ ਹੀ ਪੈਦਾ ਕਰਦਾ, ਪਾਲਦਾ ਅਤੇ ਸੰਘਾਰ ਕਰ ਦਿੰਦਾ। ਤਿੰਨ ਰੂਪ ਨਹੀਂ ਹਨ, ਇਹ ਵਿੱਚ ਇੱਕ ਹੀ ਤਾਕਤ ਹੈ, ਇੱਕ ਸ਼ਕਤੀ ਹੈ ਅਤੇ ਇੱਕ ਹੀ ਕਲਾ ਹੈ। ਅਤੇ ਦੂਜੀ ਗੱਲ, ਉਹ ਤਿੰਨ ਵੱਡੇ ਨਹੀਂ ਮੰਨੇ ਜਾ ਸਕਦੇ, ਕਿਉਂਕਿ ਉਹ ਖੁਦ ਕਹਿ ਰਹੇ ਨੇ ਰੱਬ ਨਾਲ ਜੁੜੋ ਅਤੇ ਰੱਬ ਦਾ ਸਿਮਰਨ ਕਰੋ। ਜੇ ਆਰਾਧਨਾ ਹੀ ਰੱਬ ਦੀ ਕਰਨੀ ਹੈ, ਸਿਮਰਨ ਹੀ ਰੱਬ ਦਾ ਕਰਨਾ ਹੈ, ਫਿਰ ਤੁਹਾਡੀ ਕੀ ਲੋੜ ਹੈ? ਅਸੀਂ ਸਿੱਧਾ ਹੀ ਉੱਪਰ ਵੱਲ ਕਰ ਲਾਂਗੇ, ਉੱਧਰ ਨਾਮ ਜਪ ਲਾਂਗੇ, ਅਸੀਂ ਇੱਕ ਨਾਲ ਜੁੜ ਜਾਂਗੇ। ਗੁਰਬਾਣੀ ਵਿੱਚ ਇੱਕ ਦੀ ਬਾਰ ਬਾਰ ਵਿਆਖਿਆ ਆਉਂਦੀ ਹੈ, ਇੱਕ ਤੋਂ ਬਿਨਾਂ ਕੁਝ ਨਹੀਂ ਹੈ, ਇੱਕ ਤੋਂ ਬਿਨਾਂ ਸਭ ਮਿੱਥਿਆ ਹੈ। ਜੁੜਨਾ ਹੈ ਤਾਂ ਇੱਕ ਨਾਲ ਜੁੜ, ਇੱਕ ਨੂੰ ਸਿਮਰ, ਜਿੰਨਾ ਮਰਜ਼ੀ ਪਟਕ ਲਵੋ, ਭੱਜ ਦੌੜ ਕਰ ਲਵੋ, ਆਉਣਾ ਤਾਂ ਸਾਨੂੰ ਇੱਕ ਕੋਲ ਹੀ ਪੈਣਾ, ਆਪਣੇ ਬਾਪੂ ਕੋਲ ਹੀ ਆਉਣਾ ਪੈਣਾ। ਮਹਾਰਾਜ ਨੇ ਬੜੀ ਗਹਿਰਾਈ ਵਿੱਚ ਜਾ ਕੇ ਇਸ ਨੂੰ ਵਰਤਿਆ ਅਤੇ ਆਰੰਭ ਵਿੱਚ ਇਸ ਨੂੰ ਰੱਖਿਆ। ਜਦੋਂ ਸਾਨੂੰ ਸਾਡਾ ਮੂਲ ਨਹੀਂ ਪਤਾ ਹੋਵੇਗਾ, ਤਾਂ ਫਿਰ ਅਸੀਂ ਗੱਲ ਹੀ ਕੀ ਕਰਾਂਗੇ?
ਇੱਕ ਦੀ ਆਰੰਭਤਾ, ਇੱਕ ਦਾ ਗਿਆਨ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋ ਰਿਹਾ। ਪਰ ਗੁਰੂ ਨਾਨਕ ਦੇਵ ਜੀ ਪੂਰੇ ਜਗਤ ਨੂੰ ਇੱਕ ਨਾਲ ਜੋੜਨ ਵਾਸਤੇ ਆਏ ਸੀ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਏਕਤਾ ਦੇ ਸੂਤਰ ਵਿੱਚ ਪਿਰੋਇਆ। ਇਹ ਮਨੁੱਖ ਜੋ ਜਾਤ ਪਾਤ ਤੂੰ ਮੈਂ ਵਿੱਚ ਫਸਿਆ ਬੈਠਾ ਨਾ, ਇਸ ਨੂੰ ਕੱਢ ਕੇ ਉਸ ਇੱਕ ਵੱਲ ਜੋੜਨ ਆਏ ਹਨ। ਸ਼ੁਰੂਆਤ ਇੱਕ ਤੋਂ ਕਰੀ, ਇੱਕ ਵਿੱਚ ਸਮਾਉਣ ਲਈ ਤੈਨੂੰ ਇੱਕ ਨੂੰ ਗਾਉਣਾ ਪਵੇਗਾ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਇੱਕ ਨਾਲ ਜੋੜ ਲੈ, ਤੇਰੇ ਮਨ ਵਿੱਚ ਦੂਜੇ ਦਾ ਖਿਆਲ ਹੀ ਨਹੀਂ ਆਵੇਗਾ। ਇੱਕ ਵਿੱਚ ਇੰਨਾ ਲੀਨ ਹੋ ਜਾ ਕਿ ਦੂਜਿਆਂ ਬਾਰੇ ਵਿਚਾਰ ਕਰਨ ਦਾ ਤੇਰੇ ਕੋਲ ਸਮਾਂ ਹੀ ਨਾ ਹੋਵੇ, ਤੂੰ ਦੂਜੇ ਨੂੰ ਵਿਸਰ ਜਾਏ। ਦੂਜਾ ਤਾਂ ਕਹਿ ਜੇ ਤੈਨੂੰ ਇੱਕ ਦੀ ਲੋੜ ਨਾ ਹੋਵੇ, ਦੂਜੇ ਕੋਲ ਤਾਂ ਜਾਈਏ ਜੇ ਤੇਰੀ ਇੱਕ ਸਮਰੱਥਾ ਪੂਰੀ ਨਾ ਕਰਦਾ ਹੋਵੇ। ਇੱਕ ਓਂਕਾਰ, ਬਾਣੀ ਵਿੱਚ ਇਸ ਦਾ ਅਰਥ ਹੈ ਇੱਕ ਦਾ ਹੁਕਮ, ਉਹਦੀ ਆਵਾਜ਼, ਉਸਦਾ ਹੁਕਮ ਜਿਸ ਤੋਂ ਸਾਰੀ ਸ੍ਰਿਸ਼ਟੀ ਜਨਮ ਲੈਂਦੀ ਹੈ। ਇਹ ਤਿੰਨ ਸ਼ਬਦ ਹਨ, ਇੱਕ ਫਿਰ ਉੜਾ ਕਾਰ, ਭਾਵ ਇੱਕ ਦੇ ਹੁਕਮ ਤੋਂ ਆਕਾਰ ਪੈਦਾ ਹੁੰਦਾ। ਆਕਾਰ ਦਾ ਅਰਥ ਹੈ ਇਹ ਸ੍ਰਿਸ਼ਟੀ ਵਿੱਚ ਮਾਇਆ, ਸ੍ਰਿਸ਼ਟੀ ਅਤੇ ਮਾਇਆ, ਇਹ ਸਾਰਾ ਸੰਸਾਰ, ਤਾਰੇ, ਨਦੀਆਂ, ਰੁੱਖ, ਕੁਦਰਤ, ਮਨੁੱਖ, ਸਾਰਾ ਕੁਛ, ਇਹ ਸਾਰਾ ਪਸਾਰਾ ਉਸ ਇੱਕ ਓਂਕਾਰ ਤੋਂ ਪੈਦਾ ਹੋ ਰਿਹਾ। ਓਂਕਾਰ ਦਾ ਅਰਥ ਸੰਸਾਰ ਮਾਇਆ ਹੈ। ਇੱਕ ਦੇ ਆਪਣੀ ਆਵਾਜ਼ ਤੋਂ ਸਾਰਾ ਪਸਾਰਾ ਪੈਦਾ ਹੋਇਆ। ਬਾਣੀ ਵਿੱਚ ਓਂਕਾਰ ਸ਼ਬਦ ਕਈ ਥਾਵਾਂ 'ਤੇ ਵਰਤਿਆ ਗਿਆ। ਆਪਾਂ ਕਈ ਕਹਿੰਦੇ ਹਾਂ ਜੀ ਇੱਕ ਓਂਕਾਰ, ਇਹ ਕੋਈ ਸ਼ਬਦ ਨਹੀਂ ਹੈ, ਇੱਕ ਓਂਕਾਰ ਸਹੀ ਹੈ, ਸਹੀ ਉਚਾਰਨ ਇਹ ਹੈ। ਸਭ ਤੋਂ ਵੱਡੀ ਸ਼ਕਤੀ ਉਹ ਅਕਾਲ ਪੁਰਖ ਵਾਹਿਗੁਰੂ ਹੈ, ਦੂਜਾ ਕੋਈ ਨਹੀਂ ਹੈ। ਜੇ ਉਸ ਵਰਗਾ ਹੋਰ ਕੋਈ ਨਹੀਂ ਤਾਂ ਫਿਰ ਸਿੱਖ ਨੂੰ ਹੋਰ ਪਾਸੇ ਜਾਣਾ ਹੀ ਕਿਉਂ ਪਿਆ, ਕਿਉਂ ਜਾ ਰਹੇ ਹਾਂ ਆਪਾਂ? ਜੇ ਆਪਣੇ ਘਰ ਵਿੱਚ ਸਭ ਕੁਛ ਹੈ ਫਿਰ ਵੀ ਦੂਜੇ ਘਰ ਮੰਗਣ ਜਾਈਏ, ਦੂਜੇ ਪਾਸੇ ਜਾ ਕੇ ਮੰਗੀਏ, ਫਿਰ ਸਾਨੂੰ ਸ਼ਰਮ ਵਾਲੀ ਇਸ ਤੋਂ ਉੱਤੇ ਹੋਰ ਕੋਈ ਗੱਲ ਨਹੀਂ ਹੈ। ਇਹ ਬਚਨ ਤਾਂ ਨੇ ਜੋ ਅਸੀਂ ਭਟਕ ਰਹੇ ਹਾਂ ਨਾ ਉਹ ਛੱਡ ਆਪਣੇ ਗੁਰੂ ਨਾਲ ਜੁੜ ਜਾਈਏ। ਮਹਾਰਾਜ ਕਹਿੰਦੇ ਹਨ ਅੱਗੇ ਮਹਾਰਾਜ ਕਹਿੰਦੇ ਸੱਤ ਨਾਂ, ਇਹ ਦੋ ਸ਼ਬਦ ਹਨ, ਇੱਕ ਨਹੀਂ ਹੈ। ਪਰਮੇਸ਼ਵਰ ਇੱਕ ਹੈ ਅਤੇ ਉਹ ਸੱਤ ਹੈ, ਉਹ ਸੱਚ ਹੈ, ਨਾ ਉਹ ਜੰਮਦਾ ਨਾ ਮਰਦਾ, ਉਹ ਅਟਲ ਹੈ, ਹੋਰ ਕੋਈ ਚੀਜ਼ ਅਟਲ ਨਹੀਂ ਹੈ। ਸਾਰੀਆਂ ਚੀਜ਼ਾਂ ਜੰਮਦੀਆਂ ਮਰਦੀਆਂ ਨੇ ਅਤੇ ਸੱਚ ਵੀ ਨਹੀਂ ਹੈਗੀਆਂ, ਸਿਰਫ ਵਾਹਿਗੁਰੂ ਦਾ ਨਾਮ ਹੀ ਸੱਚ ਹੈ। ਮਾਇਆ ਸੱਤ ਨਹੀਂ ਹੈਗੀ, ਮਾਲਕ ਸਿਰਫ ਉਹ ਹੀ ਸੱਚ ਹੈ, ਵਾਹਿਗੁਰੂ ਹੀ ਸੱਚ ਹੈ, ਤੇਰਾ ਹੁਕਮ ਵੀ ਸੱਚ ਹੈ। ਨਾਮ ਦਾ ਅਰਥ ਹੈ ਸਿੱਖਿਆ, ਉਪਦੇਸ਼, ਹੁਕਮ। ਆਪਾਂ ਕਹਿੰਦੇ ਹਾਂ ਵੀ ਫਲਾਣੇ ਬੰਦੇ ਦਾ ਬੜਾ ਨਾਮ ਚੱਲਦਾ, ਨਾਮ ਤੋਂ ਭਾਵ ਉਹਦਾ ਹੁਕਮ ਚੱਲਦਾ, ਉਹ ਬੜੇ ਪਾਵਰ ਵਾਲਾ ਹੈ, ਉਹਦਾ ਨਾਮ ਚੱਲਦਾ, ਉਹਦੇ ਨਾਮ ਪਿੱਛੇ ਤਾਕਤ ਹੈ। ਉਹ 100 ਕਿਲੋਮੀਟਰ ਦੂਰ ਬੈਠਾ ਹੋਏਗਾ, ਇੱਕ ਫੋਨ ਕਰੇਗਾ ਕਿ ਫਲਾਣੇ ਬੰਦੇ ਦਾ ਫੋਨ ਆਇਆ, ਉਹਦੇ ਕੋਲ ਪਾਵਰ ਹੈ, ਤਾਂ ਹੀ ਕੰਮ ਹੋ ਰਿਹਾ। ਇਹੀ ਹੈ ਨਾ, ਸੱਚ ਹੀ ਪਰਮੇਸ਼ਵਰ ਹੈ। ਫਿਰ ਸਦਾ ਸਤਨਾਮ ਹੀ ਜਪੀਏ, ਇਸ ਨਾਲ ਹੀ ਲੱਗੀਏ। ਆਪਾਂ ਕਦੋਂ ਜੁੜਾਂਗੇ? ਇਹ ਨਾਲ ਜੁੜ ਕੇ ਵੇਖ ਲਈਏ, ਤੇਰਾ ਲੋਕ ਪਰਲੋਕ ਦੋਨੋਂ ਸੁਖਾਲੇ ਹੋ ਜਾਣਗੇ। ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ। ਜੇ ਸੱਤ ਹੈ ਨਾ, ਉਹ ਸਭ ਉਹ ਕਰਤਾ ਹੀ ਕਰਦਾ ਹੈ, ਉਹ ਕਰਤਾ ਹੀ ਸਭ ਕੁਛ ਕਰ ਰਿਹਾ, ਜਿਸ ਲਈ ਕੁਝ ਵੀ ਮੁਸ਼ਕਿਲ ਨਹੀਂ ਹੈ। ਆਪਣੇ ਲਈ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜੋ ਮੁਸ਼ਕਿਲ ਹੁੰਦੀਆਂ ਨੇ, ਆਪਾਂ ਨਹੀਂ ਕਰ ਪਾਉਂਦੇ। ਉਹ ਕਰਤਾ ਪੁਰਖ ਹੈ, ਉਹ ਸਭ ਇਸ ਤੋਂ ਉਹ ਕਰ ਰਿਹਾ, ਉਹੀ ਕਰਦਾ ਪਿਆ ਨਾ ਆਪਾਂ ਕਹਿੰਦੇ ਹਾਂ। ਅਤੇ ਉਹ ਜੋ ਕਰਦਾ ਪਿਆ ਨਾ, ਉਹ ਵੱਖ ਵੀ ਨਹੀਂ ਹੈ, ਉਹ ਸਭ ਕਰਕੇ ਅਤੇ ਉਹਦੇ ਵਿੱਚ ਹੀ ਸਮਾ ਜਾਂਦਾ। ਉਹ ਕਰਤਾ ਪੁਰਖ ਨੇ ਸਰੀਰ ਬਣਾਇਆ ਅਤੇ ਵਿੱਚ ਹੀ ਸਮਾ ਗਿਆ, ਉਹ ਮਾਲਕ ਰਚਨਾ ਬਣਾ ਕੇ ਉਹਦੇ ਵਿੱਚ ਹੀ ਵੱਸ ਜਾਂਦਾ, ਉਹ ਸਭ ਵਿੱਚ ਹੈ, ਉਹ ਕਿਸੇ ਤੋਂ ਵੱਖ ਨਹੀਂ ਹੁੰਦਾ। ਇਹ ਗੱਲ ਵੱਖ ਹੈ ਕਿ ਪਰਮਾਤਮਾ ਤੂੰ ਸਭ ਨੂੰ ਵੇਖ ਰਿਹਾ, ਪਰ ਤੈਨੂੰ ਕੋਈ ਨਹੀਂ ਵੇਖ ਰਿਹਾ। ਤੂੰ ਸਾਨੂੰ ਹਰ ਸਮੇਂ ਵੇਖ ਰਿਹਾ, ਸਾਡੇ 'ਤੇ ਨਿਗਾਹ ਰੱਖ ਰਿਹਾ, ਕਿਉਂਕਿ ਸਾਡੇ ਤੋਂ ਅੰਦਰ ਬੈਠਾ, ਜੋਤ ਰੂਪ ਵਿੱਚ ਸਾਡੇ ਅੰਦਰ ਬੈਠਾ, ਉਹ ਵਾਹਿਗੁਰੂ ਦੀ ਜੋਤ ਸਭ ਵਿੱਚ ਹੈ। ਤਾਂ ਹੀ ਆਪਾਂ ਕਹਿੰਦੇ ਹਾਂ ਨਾ ਕਿ ਸਾਰਿਆਂ ਦੇ ਅੰਦਰ ਰੱਬ ਰੂਪ ਵੱਸਦਾ। ਇਹ ਪਰਮੇਸ਼ਵਰ ਦੇ ਉਹ ਗੁਣ ਹਨ ਜੋ ਸਿਰਫ ਰੱਬ ਵਿੱਚ ਹਨ। ਫਿਰ ਕਿਉਂ ਨਾ ਉਸ ਰੱਬ ਨਾਲ ਜੁੜੀਏ ਅਤੇ ਉਸਨੂੰ ਹੀ ਜਪੀਏ ਜੋ ਸਾਡੇ ਅੰਦਰ ਹੈ, ਕਿਉਂਕਿ ਵਾਹਿਗੁਰੂ ਦੀ ਜੋਤ ਤਾਂ ਸਾਰੇ ਅੰਦਰ ਹੈ। ਤਾਂ ਹੀ ਕਹਿੰਦੇ ਹਾਂ ਨਾ ਕਿ ਸਭ ਨਾਲ ਪਿਆਰ ਨਾਲ ਰਹੋ ਅਤੇ ਸਭ ਅੰਦਰ ਵਾਹਿਗੁਰੂ ਹੈ। ਫਿਰ ਜੋ ਵਾਹਿਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਉਹਨਾਂ ਹੁਕਮ ਦਿੱਤੇ ਨੇ, ਆਪਾਂ ਕਿਉਂ ਨਹੀਂ ਮੰਨਦੇ, ਕਿਉਂ ਨਹੀਂ ਗੁਰਬਾਣੀ ਨਾਲ ਜੁੜਦੇ? ਜਦੋਂ ਪਤਾ ਹੈ ਕਿ ਉਹ ਵਾਹਿਗੁਰੂ ਹੀ ਨੇ ਸਾਡਾ ਭਲਾ ਕਰਨਾ, ਵਾਹਿਗੁਰੂ ਸਾਡੇ ਅੰਗ ਸੰਗ ਨੇ, ਉਹ ਸਾਨੂੰ ਦੇਖ ਰਹੇ ਨੇ, ਸਾਡੇ 'ਤੇ ਨਿਗਾਹ ਰੱਖ ਰਹੇ ਨੇ, ਫਿਰ ਕਿਉਂ ਠੱਗੀਆਂ ਚੋਰੀਆਂ ਕਰਦੇ ਹਾਂ ਆਪਣੀ ਕਿਰਤ ਦੇ ਵਿੱਚ?
ਕਰਤਾ ਤਾਂ ਉਹੀ ਹੈ, ਕਰਨਾ ਤਾਂ ਉਹਨੇ ਹੀ ਹੈ, ਉਹੀ ਬਣਾ ਕੇ ਸਾਡੇ ਵਿੱਚ ਸਮਾਇਆ ਹੋਇਆ ਨਾ। ਸਾਡੇ ਵਿੱਚ ਵੀ ਤਾਂ ਵਾਹਿਗੁਰੂ ਹੈ। ਜਦੋਂ ਵਾਹਿਗੁਰੂ ਕਿਸੇ ਨਾਲ ਠੱਗੀਆਂ ਚੋਰੀਆਂ ਨਹੀਂ ਕਰਦੇ, ਕਿਸੇ ਨੂੰ ਦੁੱਖ ਨਹੀਂ ਦਿੰਦੇ, ਸਭ ਨਾਲ ਪਿਆਰ ਕਰਦੇ ਨੇ, ਫਿਰ ਅਸੀਂ ਕਿਉਂ ਦੂਜਿਆਂ ਨੂੰ ਦੁੱਖ ਦਿੰਦੇ ਹਾਂ, ਕਿਉਂ ਦੂਜਿਆਂ ਨਾਲ ਛਲ ਕਪਟ ਕਰਦੇ ਹਾਂ? ਆਪਾਂ ਤਾਂ ਆਪਣੇ ਗਵਾਂਢੀਆਂ ਨਾਲ ਵੀ ਨਹੀਂ ਬਣਾ ਕੇ ਰੱਖਦੇ, ਉਹਨਾਂ ਵਿੱਚ ਤਾਂ ਰੱਬ ਵੱਸਦਾ, ਫਿਰ ਰੱਬ ਨੂੰ ਕਿਹੜੇ ਹੱਕ ਨਾਲ ਪੂਜਦੇ ਹਾਂ, ਕਿਹੜੇ ਹੱਕ ਨਾਲ ਉਹਨਾਂ ਨੂੰ?